ਸ੍ਰੀਕਾਲ ਜੀ ਮੈਂ ਤੁਹਾਡਾ ਆਪਣਾ ਸੁਰਜੀਤ ਖਾਨ ਲਓ ਜੀ ਜਸਟ ਲੈਂਡਿੰਗ ਹੁਣੇ-ਹੁਣੇ ਹੋ ਗਏ ਆਪਾਂ ਤੇ ਨਿਕਲ ਆਏ ਆ 에어ਪੋਰਟ ਤੋਂ ਬਾਹਰ ਮੈਲਬਨ ਵਾਲੇ ਉਹ ਜੋ ਰੈਡੀ 18 ਤਰੀਕ ਨੂੰ ਸ਼ਾਮ ਨੂੰ ਵਿਲੀਅਮ ਸਟਾਉਨ ਹਾਲ ਵਿਲੀਅਮ ਸਟਾਉਨ ਹਾਲ ਦੇ ਵਿੱਚ ਲੱਗਣਗੀਆਂ ਰੌਣਕਾਂ ਨਵੇਂ ਪੁਰਾਣੇ ਗੀਤਾਂ ਨਾਲ ਤੁਹਾਨੂੰ ਕਰਾਂਗੇ ਨਿਹਾਲ ਜੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਤੁਹਾਡਾ ਮਨੋਰੰਜਨ ਕਰੀਏ ਔਰ ਵਧੀਆ ਮਾਹੌਲ ਬਣੂਗਾ ਪੰਜਾਬ ਵਰਗਾ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਵੈਲਕਮ ਆ ਜੀ ਸਾਡੇ ਵੱਲੋਂ ਬੇਨਤੀ ਆ ਕਿ ਹਮ ਆ ਕੇ ਪਹੁੰਚੋ ਔਰ ਆਪਾਂ ਰਲ ਮਿਲ ਕੇ ਇੰਜੋਏ ਕਰਾਂਗੇ ਥੈਂਕਸ ਕਰਦੇ ਹਾਂ ਬਾਈ ਜੈਜ਼ ਉਹਨਾਂ ਦਾ ਅਤੇ ਮਨਦੀਪ ਬਾਈ ਉਹਨਾਂ ਦਾ ਸਾਰੇ ਆਲ ਟੀਮ ਇਹਨਾਂ ਦੀ ਜਿਨ੍ਹਾਂ ਨੇ ਸਾਡਾ ਇਹ ਸ਼ੋਅ ਔਰਗਨਾਈਜ਼ ਕੀਤਾ ਤੁਹਾਡੇ ਲਈ ਖਾਸ ਕਰਕੇ ਸੋ ਆ ਜਾਓ ਕਿਰਾਂ ਖੁੱਲ੍ਹ ਕੇ ਫਿਰ ਆਪਾਂ ਜਿੰਨੇ ਦੇਰ ਤੱਕ ਕਹੋਗੇ ਉੱਦਾਂ ਪ੍ਰੋਮ ਚੱਲੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਜੋਬਰ ਸਿੰਘ ਜਿਵੇਂ ਬਾਈ ਸੁਰਜੀਤ ਖਾਨ ਨੇ ਕਿਹਾ ਕਿ ਅਸੀਂ ਲੈਂਡ ਹੋ ਚੁੱਕੇ ਜੀ ਮੈਲਬਨ ਅਤੇ 18 ਮਾਰਚ ਨੂੰ ਆਪਣਾ ਸ਼ੋਅ ਹੋਣ ਜਾ ਰਿਹਾ ਜੀ ਸ਼ਾਮ ਨੂੰ ਅਤੇ ਬਹੁਤ ਸੋਹਣਾ ਪ੍ਰੋਗਰਾਮ ਹੋਣ ਜਾ ਰਿਹਾ ਜੀ ਇੱਕ ਕਹਿ ਲਓ ਕਿ ਫੈਮਿਲੀ ਇਵੈਂਟ ਹੋਣ ਜਾ ਰਿਹਾ ਸਾਡੇ ਭਰਾ ਜੈਜ਼ ਬਾਈ ਮਨਦੀਪ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸ਼ੋਅ ਦੇ ਲਈ ਸੋ ਤੁਹਾਡੀ ਵੇਟ ਹੈ ਤੁਸੀਂ ਆਓ ਫਿਰ ਆਪਾਂ ਰੌਣਕ ਮੇਲਾ ਲਾਉਂਦੇ ਹਾਂ ਨੱਚਾਂਗੇ ਗਾਵਾਂਗੇ ਆਓ ਜੀ ਫਿਰ ਮਿਲਦੇ ਹਾਂ 18 ਮਾਰਚ ਲਾਉਣੀ ਏ ਇਤਰ ਮਹਿਕਾ ਛੱਡੇ ਗੋਲੀਏ ਮੈਨੂੰ ਲੱਗਦਾ ਨਾ ਹੋਸ਼ ਕਾਬੂ ਰਹਿ